मित्रों कहे वीर ने सीखने वास्ते लेनी है ना आ गड्डी ले जाओ बाकी वाजिब रेट दे विच आगा ठीक है ये मिल जी थोनू 60,000 रुपए की ठीक है जी ठीक है लख रुपए जी दे देंगे अल्टो दे रेट सर अल्टो दे रेट ले मित्रों अल्टो दे रेट दे विच स्विफ्ट गड्डी 1,00,000 रुपए की ओ भी पंजाब नंबर 2007 मॉडल गड्डी बरनाला नंबर हां ਤੇ ਦੀ ਪਾਸਿੰਗ ਆਪਾਂ 5 ਸਾਲ ਦੀ ਕਰਵਾ ਕੇ ਦੇਵਾਂਗੇ ਕਰਾ ਕੇ ਦੇਵਾਂਗੇ ਪੋਲਿਊਸ਼ਨ ਕਰਵਾ ਕੇ ਦੇਵਾਂਗੇ ਵਿੱਚ ਓਕੇ 1,30,000 ਰੁਪਏ ਦੇ ਵਿੱਚ ਇੰਜਨ ਗੇਅਰ ਦੀ ਜਮਾ ਨਵੀਂ ਹੈ 1,30,000 ਦੇ ਵਿੱਚ ਹਾਂਜੀ ਤਾਂ ਆਪਾਂ 5,500 ਰੁਪਏ ਦੇ ਵਿੱਚ ਲੈ ਜਾਵਾਂਗੇ 5,500 ਰੁਪਏ ਦੇ ਵਿੱਚ ਤੇਲ ਵੀ ਆਪਣਾ ਜੀ ਕੋਈ ਆਪਾਂ ਸਗਨ ਨਹੀਂ ਲੈਣਾ ਕੋਈ ਗੱਡੀ ਤਿਆਰ ਨਹੀਂ ਕਰਵਾਉਣੀ ਕੁਝ ਨਹੀਂ ਆਪਣਾ ਸਾਰਾ ਕੁਝ ਆਪਦਾ ਆਪਣਾ ਲੈ ਮੈਂ ਤੇ ਹਸ਼ੀਕਾ ਜੀ ਕੀ ਹਾਲ ਚਾਲ ਆ ਬਾਈ ਧਮਾਕੇਦਾਰ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਅੱਜ ਆਪਾਂ ਮੇਰੇ ਖੜੇ ਆਗੇ ਜੀ ਕੇ ਕਾਰ ਬਾਜ਼ਾਰ ਬਰਨਾਲਾ ਦੇ ਬਾਈਆਂ ਦਾ ਬੋਰਡ ਆਗਾ ਠੀਕ ਹੈ ਮੋਬਾਈਲ ਨੰਬਰ ਵੀ ਸ਼ੋਅ ਕਰਾ ਦੀ ਤੇ ਬਾਈ ਬਰਨਾਲੇ ਦੇ ਵਿੱਚ ਖੜੇ ਆਗੇ ਗੱਡੀਆਂ ਘੱਟੋ ਘੱਟ ਮੈਂ ਕਿਹਾ ਵੀ 15-18 ਗੱਡੀਆਂ ਹੋਣਗੀਆਂ ਇੰਨੀ ਕੁ ਲਾਈਨ ਲਾ ਰੱਖਿਆ ਬਾਈ ਨੇ ਵਿੱਚ ਹੀ ਆਉਡੀ ਉਡੀ ਸਭ ਕੁਝ ਸਵਿਫਟਾਂ ਹੀ ਮਿਲਣਗੀਆਂ ਸਵਿਫਟਾਂ ਕਿ ਜੀ ਦੇਖਿਓ ਹਰੇਕ ਕਲਰ ਦੀ ਮਿਲ ਜੂ ਤੁਹਾਨੂੰ ਸਵਿਫਟ ਸਿਲਵਰ ਬਲੈਕ ਗ੍ਰੇ ਵਾਈਟ ਸਭ ਮਿਲਣਗੀਆਂ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣਾ ਥੈਂਕ ਯੂ ਜਨਾਬ ਤੇ ਆਪਣੇ ਕੋਲ ਕਿੰਨੀਆਂ ਗੱਡੀਆਂ ਅੱਜ ਹੈਗੀਆਂ ਵੀਰੇ 21-22 ਗੱਡੀਆਂ 21-22 ਗੱਡੀਆਂ ਮੈਂ ਘੱਟ ਕਰਦੇ ਹਾਂ 23-24 ਵੀ ਹੋ ਸਕਦੀਆਂ ਠੀਕ ਹੈ ਹਾਂ ਕਿਉਂਕਿ ਆਪਾਂ ਗਿਣਤੀ ਨਹੀਂ ਰੇਟ ਕਹੇ ਨੇ ਰੇਟ ਵੀਰੇ ਪਹਿਲਾਂ ਨਾਲੋਂ ਵੀ ਜ਼ਿਆਦਾ ਵਧੀਆ ਨੇ ਪਹਿਲਾਂ ਨਾਲੋਂ ਵਧੀਆ ਨੇ ਪਹਿਲਾਂ ਨਾਲੋਂ ਵੀ ਵਧੀਆ ਨੇ ਮਿੱਤਰੋ ਜਿਹੇ ਜਿਹੇ ਆਪਾਂ ਪਹਿਲਾਂ ਰੇਟ ਦਿੱਤੇ ਨੇ ਉਹਦੇ ਨਾਲੋਂ ਵੀ ਘੈਂਟ ਰੇਟ ਨੇਗੇ ਜ਼ਬਰਦਸਤ ਰੇਟ ਨੇ ਵੀਡੀਓ ਵਧੀਆ ਲੱਗੂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹਾਂ ਗੁੱਠੇ ਵਾਲਾ ਨਹਾਨ ਬਣਾਊਗਾ ਠੀਕ ਹੈ ਬਾਕੀ ਕਰੀ ਗੱਲਬਾਤ ਪਹਿਲਾਂ ਆਪਣਾ ਐਡਰੈਸ ਲਿਖਾਓ ਅੱਜ ਇਹ ਵੀਰੇ ਹੈਗਾਗਾ ਬਰਨਾਲੇ ਦੇ ਵਿੱਚ ਧਨੌਲਾ ਰੋਡ ਪੈਂਦਾ ਨੇੜੇ ਟੀ ਪੁਆਇੰਟ ਠੀਕ ਹੈ ਬਾਈ ਜਾਂ ਇੱਕ ਪ੍ਰਵਾਹੀ ਵਾਲੀ ਚੁੰਗੀ ਕਹਿ ਸਕਦੇ ਆ ਠੀਕ ਹੈ ਲੈ ਮਿੱਤਰੋ ਟੀ ਪੁਆਇੰਟ ਲੱਗੇ ਆਪਣਾ ਸ਼ਾਪ ਆ ਗਈ ਠੀਕ ਹੈ ਮੋਬਾਈਲ ਨੰਬਰ ਨੇ 9882 70543 ਨੰਬਰ ਠੀਕ ਹੈ ਜੀ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਗੱਲਬਾਤ ਕਰ ਲੈ ਪਹਿਲਾਂ ਇਧਰ ਕਰਾਂਗਾ ਹੋਂਡਾ ਸੀ ਆਇਆ ਵੀਰੇ ਹੋਂਡਾ ਸੀ ਦਿਖਾਓ ਪਹਿਲਾਂ ਹੋਂਡਾ ਸੀ ਦਿਖਾਉਣੇ ਆ ਸਾਨੂੰ ਇਹਦੇ ਕੀ ਸੀਐਨਜੀ ਵਗੈਰਾ ਵੀ ਲੱਗੀ ਹੈ ਬਾਈ ਇਹਦੇ ਹਾਂਜੀ ਹਾਂ ਬਾਈ ਸੀਐਨਜੀ ਲੱਗੀ ਹੋਈ ਆ ਲੈ ਵੀ 2003 ਮਾਡਲ ਆ ਠੀਕ ਹੈ ਬਾਈ ਸੀਟ ਕਵਰ ਵਗੈਰਾ ਬਿਲਕੁਲ ਨਵੇਂ ਪੋਸਿੰਗ ਸਾਰੀ ਹੋਈ ਹੋਈ ਆ ਸੀਐਨਜੀ ਬੇਲਟ ਹੈ ਦੀ ਵੈਲਿਡ ਹੈ ਜੀ ਸੱਬੀ ਤੱਕ ਬੇਲਟ ਹੈ ਹਾਂਜੀ ਲਾਈਵ ਪੂਰੇ ਸੋਹਣੇ ਲੱਗੇ ਹੋਏ ਆ ਓਕੇ ਇੰਜਨ ਗੇਅਰ ਸੀਟਰ ਸਭ ਕੁਝ ਓਕੇ ਪੋਸਿੰਗ ਪੋਸਿੰਗ ਹੋਈ ਹੈ ਨਾ ਬਰੇ ਵਧੀਆ ਹਾਂਜੀ 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 ਲੈ ਮਿੱਤਰੋ ਗੱਡੀ ਘੈਂਟ ਆ ਇਹ ਸਾਫ ਸੁਥਰੀ ਗੱਡੀ ਆ ਪਹਿਲਾ ਸੀਐਨਜੀ ਵਾਲਾ ਬਈ ਇਹ ਸਿਸਟਮ ਹੈ ਉਹ ਆਗੇ ਭੁੱਲ ਜਾਣਾ ਵੀਰੇ ਬਈ 2627 ਦੀ ਐਵਰੇਜ ਨੇ ਤੇ ਲਗਜ਼ਰੀ ਵਧੀਆ ਕਾਰਾਂ ਚ ਆਉਂਦੀ ਆ ਵੀ ਵਧੀਆ ਚੱਲਦੀ ਆ ਨਾਲੇ ਠੀਕ ਹੈ ਨਾਲੇ ਸਸਤੀ ਆ ਲੈ ਮਿੱਤਰੋ ਘੈਂਟ ਗੱਡੀ ਆ ਸੀਟ ਕਵਰ ਲਾਇ ਕਰ ਦੇਣਗੇ ਘੈਂਟ ਗੱਡੀ ਆ ਤੇ ਰੇਟ ਫਿਰ ਘੈਂਟ ਦੇ ਦੋ ਹਜ਼ਾਰ 70,000 ਰੁਪਏ ਜੀ ਲੈ ਬਾਕੀ ਮੌਕੇ ਡਿਸਕਾਊਂਟ ਵੀ ਹੋਊਗਾ ਲੈ ਮਿੱਤਰੋ 70,000 ਦੀ ਡਿਮਾਂਡ ਆ ਬਾਕੀ ਮੌਕੇ ਦੇ ਕਹਿੰਦਾ ਹੋਰ ਵੀ ਲੈਸ ਹੋ ਜੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਸੀਐਨਜੀ ਵਾਲੀ ਵੀਰੇ ਜੇ ਗੱਲ ਕਰਾਂ 30-35,000 ਦੀ ਸੀਐਨਜੀ ਹੋਊਗੀ ਰੇਟ ਅੱਧਾ ਹੀ ਰਹਿ ਗਿਆ ਠੀਕ ਹੈ ਮਰੂਤੀ ਵਾਲੇ ਰੇਟ ਦੇ ਵਿੱਚ ਤੁਹਾਨੂੰ ਇਹ ਗੱਡੀ ਮਿਲਦੀ ਆ ਸੀਐਨਜੀ ਕੱਟ ਕੇ ਨਾ ਵੀਰੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਅੱਗੇ ਵੀਰੇ ਆਪਣੀ ਸਵਿਫਟ ਆ ਗਈ ਜੀ ਸਵਿਫਟ 2012 ਮਾਡਲ ਆ ਜੀ ਡੀਜ਼ਲ ਦੀ ਵੀਡੀਆਈ ਕਾਰ ਆ ਓਕੇ ਸੈਕਿੰਡ ਓਨਰ ਆ ਓਕੇ ਬਿਲਕੁਲ ਓਕੇ ਨਵੀਂ ਕਾਰ ਆ ਠੀਕ ਹੈ ਐ ਮੰਨ ਕੇ ਲਓ ਟਾਇਰ ਅੱਧੇ ਹੋ ਜ਼ਿਆਦਾ ਨੇ ਐਮਆਰਐਫ ਦੇ ਲਾਈ ਵੀ ਲੱਗੇ ਹੋਏ ਕੰਪਨੀ ਵਾਲੇ ਲੈ ਮਿੱਤਰਾ ਅੰਦਰੋਂ ਘੈਂਟ ਗੱਡੀ ਦਿਖਾਉਣੀ ਆ ਦਿਖਾ ਦਿਆ ਵਜਾ ਠੀਕ ਹੈ ਘੈਂਟ ਗੱਡੀ ਆ 2012 ਮਾਡਲ ਦੀ ਗੱਡੀ ਆ ਟਾਇਰ ਵਧੀਆ ਨੇਗੇ ਕੰਡੀਸ਼ਨ ਵਧੀਆ ਪੰਜਾਬ ਨੰਬਰ ਦੀ ਕਾਰ ਆ ਤੇ ਬਈ ਇੰਟੀਰੀਅਰ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਦਾ ਸੀਟ ਕਵਰ ਵਗੈਰਾ ਵਧੀਆ ਨੇਗੇ ਡੈਸ਼ਬੋਰਡ ਵਧੀਆ ਪਿਆ ਓਕੇ ਜਮਾਂ ਗੱਡੀ ਤੇ ਬਈ ਰੇਟ ਰੂਟ ਦਾ ਕੀ ਗੱਲਬਾਤ ਆ ਦੀ ਰੇਟ ਵੀਰੇ 2,85,000 2,85,000 ਦੀ ਹਾਂਜੀ ਲੈ ਮਿੱਤਰ 2012 ਮਾਡਲ 2,85,000 ਦੀ ਗੱਡੀ ਤੁਹਾਨੂੰ ਇਹ ਮਿਲ ਜੂ ਮੋਬਾਈਲ ਨੰਬਰ ਬਈ ਸਕਰੀਨ ਤੇ ਚੱਲ ਰਿਹਾ ਹੋਊ ਗੱਲਬਾਤ ਕਰ ਲਿਓ ਸੰਗਰੂਰ ਦਾ ਨੰਬਰ ਬਈ ਗੱਡੀ ਦੇ ਅੱਗੇ ਆ ਗਈ ਕਾਲੀ ਨਾਗਣੀ ਹੈ ਹਾਂਜੀ ਇੱਕ ਪਹਿਲਾਂ ਲੈਂਦੀ ਸੀ ਤੁਸੀਂ ਮਿਲਦਾ ਬਿਲਕੁਲ ਜੀ ਕਿਉਂਕਿ ਡਿਮਾਂਡ ਹੀ ਇੰਨੀ ਹੈ ਵੀਰੇ ਚੰਗੀ ਗੱਡੀ ਮਿਲਦੀ ਬਹੁਤ ਔਖੀ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਕਾਲੀ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਬਈ ਠੀਕ ਹੈ ਇਹਦੀ ਡਿਟੇਲ ਦਿਓ ਵੀਰੇ ਇਹ ਵੀਰੇ 2005 ਮਾਡਲ ZXI ਟੌਪ ਵਾਲਾ ਪੈਟਰੋਲ ਦਾ ਪਾਸਿੰਗ ਹੈਗੀ ਇਹਦੀ ਪਾਸਿੰਗ ਇਹਦੀ 2627 ਤੱਕ ਆ ਓਕੇ ਤੇ ਦੋ 에ਅਰ ਬੈਗ ਆ ਲਾਈ ਵੀਲ ਸੋਹਣੇ ਲੱਗੇ ਹੋਇਆ 에ਅਰ ਬੈਗ ਵਾਲੀ ਹੈ ZXI ਇਹ 에ਅਰ ਬੈਗ ਵਾਲੀ ਹਾਂ ਠੀਕ ਹੈ ZXI ਬਈ ਗੱਡੀ ਆ ਠੀਕ ਹੈ ਬਈ ਲੁਧਿਆਣੇ ਦਾ ਨੰਬਰ ਆਇਆ ਘੈਂਟ ਗੱਡੀ ਆ ਸਾਫ ਸੁਥਰੀ ਗੱਡੀ ਅੰਦਰੋਂ ਕਿਵੇਂ ਗੱਡੀ ਵਧੀਆ ਬਿਲਕੁਲ ਸਾਫ ਆ ਵੀਰੇ ਇੰਜਨ ਗੇਅਰ ਦੀ ਜਮਾ ਨਵੀਂ ਹੈ ਇੰਜਨ ਗੇਅਰ ਦੀ ਠੀਕ ਹੈ ਰੇਟ ਫਿਰ ਦਾ ਰੇਟ 1,30,000 ਰੁਪਏ ਜੀ ਬਸ ਹਾਂਜੀ ਲੈ ਮੈਂ ਤੇਰੇ 1,30,000 ਦੀ ਗੱਡੀ 1,30,000 ਦੀ ਬਈ ਗੱਡੀ ਮਿਲ ਜੂਗੀ ਘੈਂਟ ਗੱਡੀ ਆ ਗੱਲਬਾਤ ਕਰ ਲਿਓ ਪਾਸਿੰਗ ਵੀ ਆ ਪੰਜਾਬ ਦਾ ਓਰੀਜਨਲ ਨੰਬਰ ਆ ਅੱਗੇ ਬਾਈ ਕਿਹੜੀ ਆ ਗਈ ਇਹ ਸਵਿਫਟ ਆ ਜੀ 2013 ਮਾਡਲ ਆ ਅੱਛਾ ਦਿੱਲੀ ਦਾ ਨੰਬਰ ਹੈਗਾ ਠੀਕ ਹੈ ਬਈ ਅਸੀਂ ਦੇਵਾਂਗੇ ਓਕੇ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਮੇਜਰ ਐਕਸੀਡੈਂਟ ਹੈ ਨਹੀਂ ਜੀ ਓਕੇ ਪੂਰੀ ਸਾਫ ਸੁਥਰੀ ਵਧੀਆ ਗੱਡੀ ਵਧੀਆ ਜਮਾ ਵੀਰੇ ਜਮਾ ਨਵੀਂ ਆ ਅੱਛਾ ਪੂਰੀ ਜਮਾ ਸਾਫ ਆਈ ਆ ਤਸੱਲੀ ਕਰਾ ਕੇ ਦਵਾਂਗੇ ਜਮਾ ਤਸੱਲੀ ਹੈ ਜੀ ਠੀਕ ਹੈ ਐਨਓਸੀ ਮਿਲ ਜੂਗੀ ਘੈਂਟ ਗੱਡੀ ਆ ਫਸਟ ਸੈਕਿੰਡ ਓਨਰ ਹੋ ਨਾ ਹਾਂਜੀ ਹਾਂਜੀ ਠੀਕ ਹੈ ਰੇਟ ਫਿਰ ਦਾ ਰੇਟ 2,80,000 ਰੁਪਏ ਜੀ 2,80,000 ਹਾਂਜੀ ਲੈ ਮਿੱਤਰ 2013 ਮਾਡਲ 2,80,000 ਰੁਪਏ ਦੀ ਮਿਲ ਜੂਗੀ ਠੀਕ ਹੈ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋ ਵੀਰੇ ਗੱਲਬਾਤ ਕਰ ਲਿਓ ਅੱਗੇ ਵੀਰੇ ਇਧਰ ਆ ਲੱਖੋ ਲੱਖ ਦੀ ਦੇ ਦਿਓ ਯਾਰ ਗੱਡੀ ਦੇ ਦਾਂਗੇ ਬਈ ਤੁਸੀਂ ਕਹਤਾ ਲੈ ਦੇ ਦਾਂਗੇ ਪੱਕੀ ਗੱਲ ਆ ਪੱਕੀ ਗੱਲ ਆ ਜੀ ਲੈ ਮਿੱਤਰੋ ਆ ਬਈਆਂ ਲੱਖ ਦੀ ਦੇ ਦਾਂਗੇ ਪੈਟਰੋਲ ਵਾਲੀ ਕਾਰ ਆ ਵੀਰੇ ਅੱਛਾ ਬਾਡੀ ਲੈਣ ਦੀ ਬਿਲਕੁਲ ਸਾਫ ਆ ਇੰਜਨ ਗੇਅਰ ਦੀ ਜਮਾ ਨਵੀਂ ਆ ਹਾਂ ਤੇ ਪੰਜਾਬ ਦਾ ਨੰਬਰ ਆ 7 ਮਾਡਲ ਆ ਅੱਛਾ ਹਾਂਜੀ ਠੀਕ ਹੈ ਲੱਖ ਰੁਪਏ ਜੀ ਦੇ ਦਾਂਗੇ ਆਪਾਂ ਅਲਟੋ ਦੇ ਰੇਟ ਚ
ਇੰਜਨ ਦੀ ਕਿਵੇਂ ਗੱਡੀ ਵਧੀਗੀ? ਮੈਂ ਕਹਿੰਦਾ ਜ਼ਿੰਮੇਵਾਰੀ ਹੈ ਵੀਰੇ, ਜਿਹੜੀ ਚੀਜ਼ ਦੀ ਆਪਾਂ ਜ਼ਿੰਮੇਵਾਰੀ ਲੈ ਲਈ ਉਹ ਆਪਣੀ ਜ਼ਿੰਮੇਵਾਰੀ ਹੈ। ਹੀਟਰ ਬਿਲਕੁਲ ਓਕੇ, ਸੀਟ ਕਵਰ ਵਗੈਰਾ ਨਵੇਂ ਆ ਜੀ। ਠੀਕ ਹੈ, ਲੈ ਮਿੱਤਰੋ ਗੱਲਬਾਤ ਕਰ ਲਿਓ। ਘੈਂਟ ਗੱਡੀ 1,00,000 ਰੁਪਏ ਦੇ ਵਿੱਚ ਬਈ ਆਉਂਦਾ ਕੁਛ ਵੀ ਨੀਗਾ ਬਾਈ ਯਾਰ। ਲੋਕ ਜਨ ਗੱਡੀ ਦਾ 80-90,000 ਮੰਗੀ ਜਾਂਦੇ ਆ। ਸਹੀ ਗੱਲ ਆ ਬਾਈ। ਤੇ ਬਾਈ ਸਵਿਫਟ ਆ। ਠੀਕ ਹੈ, ਅੱਗੇ ਵੀਰੇ ਇੱਧਰ ਕਿਹੜੀ ਹੈਗੀ? ਇਹ ਪੈਟਰੋਲ ਸਵਿਫਟ ਆ ਵੀਰੇ, 2007 ਮਾਡਲ ਆ, ਬਰਨਾਲਾ ਨੰਬਰ ਆ। ਹਾਂ, ਇਹਦੀ ਪਾਸਿੰਗ ਆਪਾਂ 5 ਸਾਲ ਦੀ ਕਰਵਾ ਕੇ ਦੇਵਾਂਗੇ, ਕਰਾ ਕੇ ਦੇਵਾਂਗੇ, ਪੋਲਿਊਸ਼ਨ ਕਰਵਾ ਕੇ ਦੇਵਾਂਗੇ ਵਿੱਚ। ਓਕੇ, 1,30,000 ਰੁਪਏ ਦੇ ਵਿੱਚ ਇੰਜਨ ਗੇਅਰ ਦੀ ਜਮਾ ਨਵੀਂ ਹੈ। 1,30,000 ਦੇ ਵਿੱਚ? ਹਾਂਜੀ, ਵਿੱਚੀ ਪਾਸਿੰਗ 5 ਸਾਲ ਦੀ ਪਾਸਿੰਗ, ਇੰਸ਼ੋਰੈਂਸ ਤੇ ਪੋਲਿਊਸ਼ਨ। ਓਕੇ, ਇੰਸ਼ੋਰੈਂਸ ਪੋਲਿਊਸ਼ਨ, ਸੀਟ ਕਵਰ ਵਧੀਆ ਨੇ, ਪਾਸਿੰਗ ਹੋ ਕੇ ਮਿਲ ਜੂ। 2007 ਮਾਡਲ, ਪੰਜਾਬ ਨੰਬਰ ਆ। ਠੀਕ ਹੈ ਵੀਰੇ, ਗੱਲਬਾਤ ਕਰ ਲਿਓ। 1,30,000 ਦੇ ਵਿੱਚ ਮਿਲ ਜੂਗੀ। ਇੱਧਰ ਕਿਹੜੀ ਆਈ ਬਈ? ਇਹ ਵੀ ਵੀਰੇ ਸਵਿਫਟ ਆ, ਪੈਟਰੋਲ ਸੀਐਨਜੀ। ਓਕੇ, 2009 ਮਾਡਲ ਆ। ਹਾਂ, ਪਾਸਿੰਗ ਵਾਲੇ ਦੀ ਪਈ ਆ 24 ਤੱਕ। ਅੱਛਾ, ਐਨਓਸੀ ਮਿਲ ਜੂ ਵੀਰੇ, ਦੇਵਾਂਗੇ। ਠੀਕ ਹੈ ਬਾਈ। ਤੇ ਇਹਦਾ ਰੇਟ ਹੈਗਾ 1,20,000 ਰੁਪਏ। 1,20,000? 1,20,000 9 ਮਾਡਲ ਵਿੱਚ ਸੀਐਨਜੀ, ਵਿੱਚ ਸੀਐਨਜੀ ਲੱਗੀ ਆ। ਹਾਂਜੀ ਹਾਂਜੀ, ਦੇਖ ਲਓ ਬਾਈ, ਸੋਚ ਕੇ ਬੋਲਦੇ ਆਪਾਂ, ਦੇਵਾਂਗੇ ਕਾਹਦੇ ਬਾਈ, ਖੜੀ ਆ ਸੀਐਨਜੀ ਵੀ ਲੱਗੀ ਹੋਈ ਆ 1,20,000 ਰੁਪਏ ਦੀ, 2009 ਮਾਡਲ, ਪਾਸਿੰਗ ਵੀ ਹਲੇ ਪਈ ਆ। ਠੀਕ ਹੈ, ਮੋਬਾਈਲ ਨੰਬਰ ਬਾਈ ਸਕਰੀਨ ਤੇ ਚੱਲ ਰਿਹਾ, ਗੱਲਬਾਤ ਕਰ ਲਿਓ। ਤੇ ਬਈ ਆ ਇੱਧਰ ਉੱਡੀ ਕਿਵੇਂ, ਸੇਲ ਤੇ ਖੜਾ ਰੱਖੀ ਕਿਦਾਂ ਇਹ? ਨਹੀਂ, ਸੇਲ ਤੇ ਨਹੀਂ ਵੀਰੇ ਇਹ। ਅੱਛਾ, ਇਹ ਕਿਉਂਕਿ ਕਾਫੀ ਯਾਰਾਂ ਤੇ ਡਿਮਾਂਡ ਸੀਗੀ। ਹਾਂ ਵੀ ਯਾਰ, ਤੁਸੀਂ ਕਾਰਾਂ ਦੇ ਤਾਂ ਫਾਇਦਾ ਕਰਦੇ ਹੋ। ਹਾਂ ਯਾਰ, ਬੰਦੇ ਨੇ ਵਿਆਹ ਵੀ ਕਰਾਉਣਾ ਹੁੰਦਾ ਨਾ। ਠੀਕ ਹੈ, ਹੈਨਾ ਯਾਰ, ਉਹਦੇ ਬਾਰੇ ਵੀ ਕੁਛ ਸੋਚਿਆ ਜਾਵੇ। ਫਿਰ ਇਹ ਨਾ ਹੋਵੇ ਕਿ ਉਹਦਾ ਰੇਟ ਚੱਕ ਦੋ ਦੂਜਾ ਕਾਰਾਂ ਨਿਕਲਦਾ। ਨਹੀਂ ਨਹੀਂ ਨਹੀਂ, ਸਾਰਿਆਂ ਦਾ ਵੀਰੇ ਰੇਟ ਜਾਇਜ਼ ਰਹੂਗਾ। ਬੰਦਾ ਆਪਣੀ ਸਾਰੀਆਂ ਵੀਡੀਓ ਚੈੱਕ ਕਰੇ, ਕਿਸੇ ਦਾ ਵੀ ਰੇਟ ਕੋਈ ਇਦਾਂ ਨਹੀਂ ਹੈਗਾ ਵੀ ਕੁਛ ਕੀ ਕਰਤਾ ਆਪਾਂ। ਠੀਕ ਹੈ, ਲੈ ਮਿੱਤਰ, ਤੁਸੀਂ ਹੋਰ ਵੀ ਵੀਡੀਓ ਚੈੱਕ ਕਰ ਲਿਓ ਬਿਲਡਿੰਗ ਕਾਰਾਂ ਦੀ ਨਾ। ਠੀਕ ਹੈ, ਬਿਲਕੁਲ ਨਵੀਂ ਕਾਰ ਹੈ। ਓਕੇ, ਇਹ ਸਿਰਫ ਡੋਲੀਆਂ ਵਾਸਤੇ ਸੇਲ ਤੇ ਹੈ ਨਹੀਂ ਜੀ। ਠੀਕ, ਅੱਛਾ, ਜਿਹੜਾ ਸੰਦੂਖ ਜਿਹਾ ਲੱਗਿਆ ਹੋਇਆ ਚੱਲਦਾ ਸਾਰੂ ਵਰਕ ਕਰਦਾ ਜੀ, ਦੋ ਬੰਦੇ ਵਿੱਚ ਦੀ ਨਿਕਲ ਜਾਣਗੇ ਬਈ, ਨਿਕਲ ਜਾਣਗੇ। ਹਾਂਜੀ, ਲੈ ਮਿੱਤਰ, ਦੋ ਬੰਦੇ ਵੀ ਨਿਕਲ ਜਾਣਗੇ, ਕਰਵਾ ਦੋ ਜਮਾ ਨਵੀਂ, ਬੰਦੇ ਨਹੀਂ ਕੱਢਣੇ ਇਹ, ਮੀਆਂ ਵੀ ਕੱਢਣੇ ਹੈਗੇ। ਓਕੇ, ਠੀਕ ਹੈ, ਲੈ ਮਿੱਤਰ ਅੰਦਰੋਂ ਦਿਖਾ ਦੇ। ਆਟੋਮੈਟਿਕ ਕਾਰ ਆ ਗਈ, ਸਾਫ ਸੁਥਰੀ ਗੱਡੀ ਬਈ, ਡੋਲੀ ਵਾਲੀ ਕਾਰ ਆ ਇਹ। ਠੀਕ ਹੈ, ਤੇ ਕਿਵੇਂ ਓਕੇ ਜਮਾ ਇਹ? ਡੋਲੀ ਜਾਣੀ ਜਿੱਥੇ ਵੀ ਹੈਗੀ, ਪੂਰੇ ਦਿਨ ਦੇ ਵਿੱਚ ਰਾਤ ਨੂੰ ਜਦੋਂ ਵੀ ਵਾਪਸ ਆਉਣਾ, ਕੋਈ ਦਿੱਕਤ ਨੀ। ਤਾਂ ਸਾਰਿਆਂ ਦੇ ਲਗਭਗ ਰੇਟ ਹੁੰਦੇ ਵੀ 7,000-7,500। ਹਾਂ, ਆਮ ਜਿਹੜੇ ਹੋਰ ਚਲੋ ਕੰਮ ਕਰਦੇ ਵੀਰ ਭਰਾ ਆਪਣੇ ਸਾਰੇ ਕਰਦੇ ਹੈਗੇ ਨਾ, ਤਾਂ ਆਪਾਂ 5,500 ਰੁਪਏ ਦੇ ਵਿੱਚ ਲੈ ਜਾਂਗੇ। 5,500 ਰੁਪਏ ਦੇ ਵਿੱਚ ਤੇਲ ਵੀ ਆਪਣਾ ਜੀ, ਆਪਣਾ ਕੋਈ ਆਪਾਂ ਸਗਨ ਨਹੀਂ ਲੈਣਾ, ਕੋਈ ਗੱਡੀ ਤਿਆਰ ਨਹੀਂ ਕਰਵਾਉਣੀ, ਕੁਛ ਨਹੀਂ ਆਪਣਾ, ਸਾਰਾ ਕੁਛ ਆਪਦਾ ਆਪਣਾ, ਸਾਰਾ ਕੁਛ ਵਿੱਚ ਤਿਆਰ ਤੁਰ ਕਰਕੇ ਤੇਲ ਤੁਰ ਤਿਆਰ ਕਰਕੇ ਵਿੱਚ ਤੇਲ, ਕੋਈ ਸਗਨ ਨਹੀਂ, ਕੁਛ ਵੀ ਨਹੀਂ ਕਿਸੇ ਦਾ। ਨਹੀਂ ਬਈ, ਵਿੱਚ ਤਾਂ ਯਾਰ ਬਹੁਤ ਮਹਿੰਗੀ ਮਹਿੰਗੀ ਦੇ ਰਹੇ ਨੇ, ਬਸ ਉਹਨਾਂ ਨੇ ਇਕੱਲੇ ਕੱਪੜੇ ਪਾ ਕੇ ਵਿੱਚ ਬੈਠਣਾ। ਅੱਛਾ, ਹਾਂ, 5,500 ਰੈਂਟ ਹੈਗਾ ਜੇ ਆਪਾਂ 100 ਕਿਲੋਮੀਟਰ ਦੇ ਵਿੱਚ ਵਿਆਹ ਲੈ ਕੇ ਜਾਂਦੇ ਹੈਗੇ। ਠੀਕ ਹੈ, 5,500 ਰੁਪਏ ਦੇ ਵਿੱਚ ਤੁਹਾਨੂੰ ਇਹ ਪਰ ਡੇ ਲਈ ਮਿਲੂ ਹੈ ਨਾ ਵੀ। ਹਾਂਜੀ ਹਾਂਜੀ, ਠੀਕ ਹੈ, ਬਾਕੀ ਗੱਲਬਾਤ ਕਰ ਲਿਓ, ਹੋਰ ਵੀ ਮੌਕੇ ਦੇ ਮਾਣ ਤੁਹਾਨੂੰ ਹੋ ਜੂ, ਹੋਰ ਕਰ ਲਾਂਗੇ। ਚਲੋ ਫਿਰ ਵੀ ਕੋਈ ਗੱਲ, ਠੀਕ ਹੈ, ਮੌਕੇ ਦੇ ਆਹਦਾ ਸੇਲ ਦੇ। ਹਾਂਜੀ, ਇਹ ਸੇਲ ਲੈ ਵੇਦਰ, ਇੱਕ ਹੋਰ ਆਡੀ ਏ ਫੋਰ ਆ ਗਈ, ਇਹ ਵੀਰੇ 2009 ਮਾਡਲ ਆ, ਤੇ ਸਨਰੂਫ ਵਾਲਾ ਮਾਡਲ ਆ, ਜਮਾਂ ਸੇਮ ਮਾਡਲ ਇਹ, ਬਸ ਰੰਗ ਦਾ ਫਰਕ ਆ, ਰੰਗ ਦਾ ਫਰਕ ਆ। ਹਾਂਜੀ, ਇਹ ਯਾਨੀ ਕਿ ਉਹ ਵੀ ਅਪ ਮਾਡਲ ਆ, ਜਿਹੜੀ ਆ ਡੋਲੀ ਵਾਲੀ ਆ, ਤਾਂ ਚਲੋ 12-13 ਮਾਡਲ ਆ ਗਈ। ਠੀਕ ਹੈ, ਹਾਂਜੀ, ਹੈ ਵੀ ਬਹੁਤ ਨੇ ਗੱਡੇ ਨੇ ਬਈ ਇਹਨਾਂ ਦੀ ਬਈ, ਫਿਰ ਬਿਲਕੁਲ ਜੀ ਬਿਲਕੁਲ, ਤਾਂ ਹੀ ਇਹਦਾ ਇੱਕ ਬ੍ਰਾਂਡ ਚੱਲਦਾ, ਬੰਦਾ ਕਹਿੰਦਾ ਯਾਰ 4 ਕੜਿਆਂ ਲਈ ਹੈ ਨਾ, ਕਿਸੇ ਗੱਲ ਤੋਂ ਉਹ। ਠੀਕ ਹੈ, ਤੇ ਬਿਲਕੁਲ ਓਕੇ ਵੀਰੇ, ਕਾਰ 9 ਮਾਡਲ ਆ। ਠੀਕ ਹੈ ਬਈ, ਇੰਜਨ ਗੇਅਰ ਸਾਰਾ ਕੁਛ ਸਪੈਕਸ ਬਿਲਕੁਲ ਓਕੇ ਆ ਕਾਰ। ਓਕੇ, ਤੇ ਇਹਦਾ ਰੇਟ ਹੈਗਾ ਵੀਰੇ 4,10,000 ਰੁਪਏ ਜੀ। 4,10,000? 4,10,000 ਆਡੀ ਦਾ? ਆਡੀ ਦਾ ਜੀ। ਲੈ ਮਿੱਤਰ, 4,10,000 ਦੀ ਆਡੀ ਮਿਲ ਜੂ ਸਨਰੂਫ ਵਾਲੀ, ਬਾਕੀ ਆਟੋਮੈਟਿਕ ਕਰ ਲਾਂਗੇ ਜੀ, ਬਾਕੀ ਹੋਰ ਵੀ ਮਾਣ ਤੁਹਾਨੂੰ ਜੂ ਨਾ। ਹਾਂਜੀ, ਮੋਬਾਈਲ ਨੰਬਰ ਬਈ ਸਕਰੀਨ ਤੇ ਚੱਲ ਰਿਹਾ, ਗੱਲਬਾਤ ਕਰ ਲਿਓ ਤੁਸੀਂ। ਅੱਗੇ ਇੱਧਰ ਆ ਗਈ ਆਪਣੀ ਡਿਜ਼ਾਇਰ ਆ ਵੀਡੀਓ ਜੀ। ਹਾਂਜੀ, ਇਹ 2010 ਮਾਡਲ ਆ ਵੀਰੇ। ਠੀਕ ਹੈ ਬਾਈ, ਦਿੱਲੀ ਨੰਬਰ ਇਹਦੀ, ਐਨਓਸੀ ਕੱਟੀ ਹੋਈ ਆ ਬਰਨਾਲੇ ਦੀ, ਕੱਟੀ ਹੋਈ ਐਨਓਸੀ। ਹਾਂਜੀ, ਵੀਡੀਓ ਮਾਡਲ ਆ, ਬਿਲਕੁਲ ਓਕੇ ਆ ਜੀ ਕਾਰ। ਓਕੇ, ਇਹਦਾ ਰੇਟ ਹੈਗਾ ਜੀ 1,40,000 ਰੁਪਏ। 1,40,000? 1,40,000 ਮਿੱਤਰ, 1,40,000 ਦੀ ਹੁਣੇ ਗੱਡੀ ਮਿਲੀ, ਦੂਜੇ ਨਾਮਾ ਗੱਡੀ ਹੈ। ਹਾਂਜੀ, ਫਸਟ ਟਾਈਮ ਤਾਂ ਹੋਣੀ ਆ ਬਾਈ। ਠੀਕ ਹੈ, ਲੈ ਮਿੱਤਰ, ਦੂਜੇ ਨਾਂ ਦੀ ਗੱਡੀ ਹੈ ਤਕਰੀਬਨ, ਹੈ ਨਾ, 2010 ਮਾਡਲ ਆ ਗਈ ਵੀਡੀਓ ਦੀ ਡਿਜ਼ਾਇਰ, ਅਤੇ ਬਾਈ ਇਹ 1,40,000 ਦੀ ਹੁਣੇ ਗੱਡੀ ਮਿਲ ਜੂਗੀ। ਅੱਗੇ ਇੱਧਰ ਆ ਗਈ ਵੀਰੇ, ਇਹ ਵੀਰੇ ਸੇਮ ਹੀ ਆ, ਡਿਜ਼ਾਇਰ 2010 ਮਾਡਲ ਆ। ਠੀਕ ਹੈ ਬਾਈ, ਫਰੰਟ ਸੀਸਾ ਵੀ ਨਾਲ ਦਾ ਬਿਲਕੁਲ ਸੀਲ ਦਾ ਕਾਰ। ਜਿੱਥੋਂ ਦੀ ਵੀ ਕਹੂਗਾ। ਠੀਕ ਹੈ ਬਾਈ, ਬਾਕੀ ਵੀਰੇ ਗੱਲਬਾਤ ਕਰ ਲਿਓ, ਘੈਂਟ ਗੱਡੀ, ਸਾਫ਼ ਸੁਥਰੀ ਗੱਡੀ ਆ। ਆਹ ਕਿੱਥੋਂ ਲਿਆ ਤੁਸੀਂ, ਇਹ ਮਿਲਦੀ ਨਹੀਂ ਹੈਗੀ? ਬਿਲਕੁਲ ਜੀ ਬਿਲਕੁਲ। ਠੀਕ ਹੈ ਬਾਈ, ਜੇ ਮਿਲਦੀ ਹੈ ਦਿਖਾਈ ਉਹਨਾਂ ਨੇ। 15 ਮਾਡਲ ਆ, GD ਮਾਡਲ ਆ, ਇੰਜਨ ਗੇਅਰ ਦੀ ਜਮਾ ਨਵੀਂ ਆ ਕਾਰ, ਬਾਕੀ ਤੁਸੀਂ ਦੇਖ ਸਕਦੇ ਹੋ ਵਾਈਟ ਕਲਰ ਆ, ਪੰਜਾਬ ਨੰਬਰ ਆ। ਓਕੇ, 15 ਮਾਡਲ ਦਾ ਇਹਦਾ ਰੇਟ ਹੈਗਾ 3,50,000 ਰੁਪਏ ਦੀ ਆਪਾਂ ਦੇ ਰਹੇ ਹਾਂ ਕਾਰ।
गल बात कर लियो अगे फिर आई वीर इधर यह भी बठिंडा नंबर कार आल्टो एल एक्स आई आ ठीक है भाई 2011 रजिस्टर्ड 12 डिजिटल मीटर मॉडल ਗੱਡੀ ਲੈਜੋ ਬਾਕੀ ਵਾਜਬ ਰੇਟ ਦੇ ਵਿੱਚ ਹੈਗਾ ਠੀਕ ਹੈ ਇਹ ਮਿਲ ਜੂ ਤੁਹਾਨੂੰ 60,000 ਰੁਪਏ ਦੀ ਠੀਕ ਹੈ ਜੀ ਅੱਗੇ ਇਧਰ ਆ ਗਈ ਜੈਨ ਗੱਡੀ ਵੀਰੇ ਜੈਨ ਪੈਟਰੋਲ ਹੈ ਵੀਰੇ ਠੀਕ ਹੈ ਬਾਈ ਇਹ 99 ਮਾਡਲ ਆ 99 ਮਾਡਲ ਹਾਂਜੀ 01 ਇੰਜਨ ਆ ਓਕੇ ਚਲਾਈ ਦੀ ਇੰਜਨ ਕਿ ਇਹਦੀ ਜਮਾ ਓਕੇ ਬਾਡੀ ਲੈਂਦੀ ਪੂਰੀ ਸਾਫ ਆ ਗੱਡੀ ਠੀਕ ਹੈ ਬਾਈ ਤੇ ਰੇਟ ਵੀ ਇਹਦਾ ਬਿਲਕੁਲ ਆਵਾਜ਼ ਵੀ ਹੈ ਜੀ ਮੋਟਰਸਾਈਕਲ ਦਾ ਰੇਟ ਆ ਲੈ 42,000 ਰੁਪਏ ਦੇ ਦਾਂਗੇ 42,000 ਦੀ ਹਾਂਜੀ ਲੈ ਮਿੱਤਰੋ 42,000 ਦੀ ਜੈਨ ਗੱਡੀ ਬਾਕੀ ਗੱਲਬਾਤ ਕਰ ਲਿਓ ਤੁਸੀਂ ਘੈਂਟ ਗੱਡੀਆਂ ਨਹੀਂ ਆ ਵਧੀਆ ਬਾਜ ਰੇਟਾਂ ਦੇ ਵਿੱਚ ਨੇਗੇ ਇੰਜਨ ਕੇ ਵਧੀਆ ਗੱਡੀ ਦਾ ਜ਼ਿੰਮੇਵਾਰੀ ਹੈ ਵੀਰੇ ਠੀਕ ਹੈ ਇੰਜਨ ਦਾ ਮਾੜੀ ਆਪਾਂ ਕਦੇ ਲੈਤੀ ਨਹੀਂ ਆ ਇੱਧਰ ਹੈਗੀ ਇੱਕ ਆਪਣੀ ਇਹ ਵੀਰੇ ਐ ਹੁੰਦਾ ਵੀ ਜਨ ਲੈ ਲੈਂਦੇ ਯਾਰ ਪਾਸਿੰਗ ਵਾਲੀ ਹੁੰਦੀ ਅੱਛਾ ਉਹ ਵੀ ਆਪਸ਼ਨ ਹੈਗੀ ਆ ਠੀਕ ਹੈ ਉਹਦੇ ਤੇ ਆਪਸ਼ਨ ਆ ਗਈ ਹਾਂਜੀ ਠੀਕ ਹੈ ਡਰਾਈਵ ਵੀ ਲੱਗਿਆ ਕਾਰ ਦੇ ਓਕੇ ਬਿਲਕੁਲ ਨਵੀਂ ਕਾਰ ਆ ਤੇ ਟੌਪ ਵਾਲਾ ਮਾਡਲ ਆ VXI VXI ਆ ਵਿੰਡੋ ਵੀ ਪਾਵਰ ਹੁੰਦੀ ਆ ਸਟੀਅਰਿੰਗ ਵੀ ਪਾਵਰ ਹੁੰਦੀ ਆ ਅੱਛਾ ਵੈਪਰੇਜ ਹੁੰਦਾ ਹਾਂਜੀ ਠੀਕ ਹੈ ਉਹ ਮਾਡਲ ਆ ਠੀਕ ਹੈ 60,000 ਰੁਪਏ ਦੀ ਆਪਾਂ ਇਹ ਕਾਰ ਦੇ ਦਾਂਗੇ 60,000 ਦੀ 60,000 ਲੈ ਮਿੱਤਰ 60,000 ਦੀ ਇਹ ਗੱਡੀ ਮਿਲ ਜੂ ਤੇ PV62 ਵੀਰੇ ਨੰਬਰ ਦੱਸਿਓ ਕਮੈਂਟ ਦੇ ਵਿੱਚ ਇਹ ਗੱਡੀ ਦਾ ਨੰਬਰ ਕਿੱਥੇ ਦਾਗਾ ਠੀਕ ਹੈ ਜੀ 62,000 ਕਿੰਨੇ ਦੀ 60,000 ਦੀ 60,000 ਦੀ 60,000 ਦੀ ਗੱਡੀ ਵੀਰੇ ਮਿਲ ਜੂਗੀ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋਊਗਾ ਇੱਧਰ ਆਪਣੀ ਆ ਗਈ ਫੋਰਡ ਵਾਲੇ ਦੀ ਫਿਗੋ ਬਈ ਰੇਟ ਆਇਆ ਦੇ ਦੇ ਵਿੱਚ ਵੀ ਬਾਕੀ ਬੰਦੇ ਭੱਜੇ ਆਉਣ ਵੀ ਹਾਂ ਗੱਡੀ ਲੈਣੀ ਆ ਬਈ ਪਹਿਲੀ ਗੱਲ ਤਾਂ ਇਹ ਹੈ ਵੀ ਆਪਣਾ ਰੇਟ ਹਰ ਇੱਕ ਕਾਰ ਦੀ ਵਧੀਆ ਹੁੰਦਾ ਤੁਸੀਂ ਸਪੈਸ ਲਗਾਤਾ ਵੀਰੇ ਇਹਦਾ ਹੋਰ ਵੀ ਘੱਟ ਹੋਊਗਾ ਅੱਛਾ ਪਹਿਲਾਂ ਚੈੱਕ ਕਰਵਾ ਦੇ ਵੀਰੇ ਕਾਰ ਕਿਸੇ ਪਾਸੋਂ ਕੋਈ ਕਮੀ ਨਹੀਂ ਹੈਗੀ ਓਕੇ ਬਿਲਕੁਲ ਨਵੀਂ ਕਾਰ ਆ ਟਾਇਰ ਨਵੇਂ ਵਰਗਿਆ ਠੀਕ ਹੈ ਟਾਇਰ ਵੀਲ ਪੂਰੇ ਸੋਹਣੇ ਲੱਗੇ ਹੋਇਆ ਪੰਜਾਬ ਦਾ ਸੰਗਰੂਰ ਦਾ ਨੰਬਰ ਆ ਓਕੇ ਤੇ ਬਿਲਕੁਲ ਓਕੇ ਆ ਇੰਜਨ ਗੇਅਰ ਦੀ ਜ਼ਿੰਮੇਵਾਰੀ ਆਪਣੀ ਓਕੇ ਬਾਈ ਬਿਲਕੁਲ ਸਾਫ ਸੁਥਰੀ ਕਾਰ ਆ ਮਾਡਲ ਕੀ ਆ ਇਹ ਮਾਡਲ ਵੀਰੇ 12 12 ਮਾਡਲ ਆ ਹਾਂਜੀ ਨੰਬਰ ਪੰਜਾਬ ਆ ਨੰਬਰ ਪੰਜਾਬ ਆ ਲਾਈਬਿਲ ਟਾਇਰ ਵਧੀਆ ਨੇ ਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਤੇ ਹੋਰ ਇੰਜਨ ਪੱਖੋਂ ਕਿਵੇਂ ਗੱਡੀ ਅੰਦਰੋਂ ਬਾਹਰੋਂ ਸੀਟ ਕਵਰ ਜਮਾ ਨਵੀਂ ਕਾਰ ਆ ਰੇਟ ਫਿਰ ਕੀ ਹੋਊਗਾ ਕਿਵੇਂ ਕਰੀਏ ਦੇ ਦੋ 1,30,000 ਰੁਪਏ ਦੀ 1,30,000 ਰੁਪਏ ਦੇ ਦਾਂਗੇ ਬਾਈ 1,60,000 ਰੁਪਏ 65,000 ਰੁਪਏ ਮੰਗੀਆਂ ਨੇ ਮੇਰਾ ਫਿਰ ਫਰਕ ਕੀ ਹੋਇਆ ਆਪਣਾ ਤੇ ਹਨਾ ਲੈ ਮਿੱਤਰੋ 1,30,000 ਦੀ ਫੋਰਡ ਵਾਲੇ ਦੀ ਫੀਗੋ ਗੱਡੀ ਮਿਲ ਜੂ 2012 ਮਾਡਲ ਆ ਰੇਟ ਬਈ ਨਹੀਂ ਮਿਲਣੇ ਹੈ ਕਿਤੋਂ ਵੀ ਤੁਸੀਂ ਚੈੱਕ ਕਰ ਲਿਓ ਠੀਕ ਹੈ ਬਾਕੀ ਵਿੱਚ ਬਹੁਤ ਵੀਰ ਕਹਿੰਦੇ ਗੱਡੀ ਗੱਡੀ ਦਾ ਫਰਕ ਹੁੰਦਾ ਤੁਸੀਂ ਗੱਡੀ ਬਰਾਬਰ ਖੜਾ ਕੇ ਚੈੱਕ ਕਰ ਲਿਓ ਬਿਲਕੁਲ ਜੀ ਬਿਲਕੁਲ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਵੀਰੇ ਗੱਡੀ ਨਾਲ ਖੜਾ ਕੇ ਬਰਾਬਰ ਚੈੱਕ ਕਰ ਲਿਓ ਗੱਡੀ ਕਿਦਾਂ ਦੀ ਆ ਠੀਕ ਹੈ ਗੱਲਬਾਤ ਵੀਰੇ ਕਰ ਲਿਓ ਅੱਗੇ ਆ ਗਈ ਇਧਰ ਡੀਜ਼ਲ ਆ ਵੀਰੇ ਆ ਇਹ ਡੀਜ਼ਲ ਹੈ ਵੀਰੇ ਲੈ ਮਿੱਤਰੋ ਡੀਜ਼ਲ ਦੇ ਵਿੱਚ ਜੈਨ ਲੈ ਕੇ ਆਏ ਡੀਜ਼ਲ ਜੈਨ ਹੈ ਵੀਰੇ ਨਵੀਂ ਸੇਪ ਚ ਲਾਏ ਵੀ ਲੱਗਿਆ ਮੇਨ ਗੱਲ ਹੁੰਦਾ ਇਹਦਾ ਇੰਜਨ ਇੰਜਨ ਵੀ ਇੰਜਨ ਕਿਹੋ ਜਿਹਾ ਹਾਂ ਇਹ ਇੰਜਨ ਦਾ ਥੋੜਾ ਕਹਿੰਦਾ ਯਾਰ ਇੰਜਨ ਇੰਜਨ ਮਾੜਾ ਹੁੰਦਾ ਵੀਰੇ ਇੰਜਨ ਸਹੀ ਵਾਲੀ ਮਿਲਦੀ ਨਹੀਂ ਬਹੁਤ ਲੋਕ ਕਹਿੰਦੇ ਅੱਜ ਜੈਨ ਨਹੀਂ ਮਿਲਦੀ ਵੀਰੇ ਇੰਜਨ ਸਹੀ ਵਾਲੀ ਹਾਂ ਇਹਦਾ ਇੰਜਨ ਬਿਲਕੁਲ ਓਕੇ ਹੈ ਵੀਰੇ ਠੀਕ ਹੈ ਬਾਈ ਚਾਰ ਮਾਡਲ ਹੈ ਨਵੀਂ ਸੇਪ ਚ 60,000 ਰੁਪਏ ਦੇ ਦਾਂਗੇ ਪੰਜਾਬ ਨੰਬਰ 60,000 ਦੀ 60,000 ਲੈ ਮਿੱਤਰੋ ਡੀਜ਼ਲ ਆ ਵੈਸੇ ਤਾਂ ਮਿਲਦੀ ਨਹੀਂ ਹੈਗੀ ਠੀਕ ਹੈ ਬਾਕੀ ਇੱਥੇ ਖੜੀ ਆ ਬਾਈ 60,000 ਦੇ ਵਿੱਚ ਤੁਹਾਨੂੰ ਮਿਲ ਜੂਗੀ ਬਾਈ ਕਹਿੰਦਾ ਯਾਰ ਇੰਜਨ ਨਹੀਂ ਹੁੰਦਾ ਜੀ ਦਿੱਕਤ ਬਾਕੀ ਹੋਰ ਕੋਈ ਚੱਕਰ ਨਹੀਂ ਹੁੰਦਾ ਉਹਦਾ ਹਾਂਜੀ ਹਾਂ ਇੰਜਨ ਉਹਨਾਂ ਦਾ ਓਕੇ ਆਗਾ ਗੱਲਬਾਤ ਕਰ ਰਹੇ 60,000 ਦੇ ਵਿੱਚ ਜੈਨ ਮਿਲ ਜੂ ਤੁਹਾਨੂੰ ਡੀਜ਼ਲ ਦੀ ਗੱਡੀ ਇੱਧਰ ਆ ਗਈ ਫੀਅਟ ਵਾਲਿਆਂ ਦੀ ਪੋਂਟੋ ਆ ਗਈ ਵੀਰੇ ਹਾਂਜੀ
ਜੀ ਡਿਟੇਲ ਦੀ ਇਹ ਵੀਰੇ 2009 ਮਾਡਲ ਆ ਠੀਕ ਆ ਬਈ ਪੰਜਾਬ ਦਾ ਪੱਕਾ ਓਰੀਜਨਲ ਨੰਬਰ ਆ ਓਕੇ ਤੇ ਫਸਟ ਓਨਰ ਕਾਰ ਆ ਲਾਈਵ ਹੀ ਲੱਗੇ ਹੋਏ ਆ ਬਹੁਤ ਸੋਹਣੇ ਹਾਂ ਵੀਰੇ ਡੀਜ਼ਲ ਦੀ ਕਾਰ ਆ 2627 ਦੀ ਐਵਰੇਜ ਹੁੰਦੀ 27 ਦੀ ਐਵਰੇਜ ਆ ਠੀਕ ਆ 2627 ਦੀ ਐਵਰੇਜ ਆ ਲਾਈਵ ਹੀ ਸੋਹਣੇ ਆ ਬਈ ਇਹਦੇ ਸਾਫ ਸੁਥਰੀ ਗੱਡੀ ਹੈਗੀ ਅੰਦਰ ਐਲਸੀਡੀ ਵੀਰੇ ਲੱਗੀ ਹੈ ਐਲਸੀਡੀ ਲੱਗੀ ਆ ਹਾਂਜੀ ਠੀਕ ਆ ਅੰਦਰੋਂ ਕਿਵੇਂ ਕਾਰ ਵਧੀਆ ਜਮਾ ਓਕੇ ਏਸੀ ਹੀਟਰ ਵਰਕਿੰਗ ਆ ਸਾਰਾ ਕੁਝ ਵਰਕਿੰਗ ਹੈ ਰੇਟ ਕੀ ਆ ਦਾ ਫਿਰ 130000 ਦੀ 130000 ਤਾਂ ਮਤਲਬ 130000 ਦੇ ਵਿੱਚ ਸੁਨੇ ਗੱਡੀ ਮਿਲ ਜੀ ਪੋਂਟੋ ਗੱਡੀ ਠੀਕ ਹੈ ਜੀ ਠੀਕ ਹੈ ਅੱਗੇ ਭਾਈ ਪਹਿਲਾਂ ਤਾਂ ਤੁਸੀਂ ਆਹ ਦੱਸੋ ਵੀ ਆਹ ਗੱਡੀ ਕਿਹੜੀ ਆ ਬਾਕੀ ਥੋੜੀ ਮੋਡੀਫਿਕੇਸ਼ਨ ਚੱਲ ਵੀ ਰਹੀ ਆ ਥੋੜੀ ਬਹੁਤ ਹੋ ਗਈ ਆ ਹਾਂਜੀ ਤੇ ਬਈ ਆ ਕੇ ਦਿਖਾ ਦੇ ਮੜਾ ਮੂਹਰੋਂ ਘੁਮਾ ਕੇ ਵੀ ਇਹ ਗੱਡੀ ਹੈ ਕਿਹੜੀ ਆ ਹਨਾ ਤੇ ਬਈ ਤੁਸੀਂ ਇਹਦੀ ਡਿਟੇਲ ਦੱਸੋ ਇਹ ਗੱਡੀ ਦਾ ਨਾਂ ਨਾ ਦੱਸਿਓ ਉਹਦਾ ਮਾਡਲ ਮੋਡਲ ਦੱਸ ਦਿਓ ਦਾ ਮੇਰੇ ਜੋ ਤਾਂ ਪਹਿਲੇ ਪਿੱਛੇ ਲਿਖਾਇਆ ਉਹ ਤਾਂ ਹੈਗਾ ਫਰਾਰੀ ਅੱਛਾ ਪਿੱਛੇ ਫਰਾਰੀ ਲਿਖਾਇਆ ਹਾਂ ਕਿਉਂਕਿ ਤਕੜੀ ਫੀਲਿੰਗ ਲੈਂਦਾ ਬੰਦਾ ਥੋੜੇ ਪੈਸਿਆਂ ਚ ਠੀਕ ਹੈ ਓਪਨ ਆ ਗਈ ਹਨਾ ਖੁੱਲੀ ਤਾਜ਼ੀ ਜਿਵੇਂ ਹੁੰਦਾ ਮੌਸਮ ਹੋ ਗਿਆ ਵਧੀਆ ਹਵਾ ਲੱਗਣੀ ਆ ਠੀਕ ਹੈ ਤੇ ਅੰਦਰੋਂ ਸੀਟ ਸੂਟ ਕਵਰ ਹਲੇ ਮੋਡੀਫਿਕੇਸ਼ਨ ਸਾਰੀ ਚੱਲ ਰਹੀ ਹੈ ਮੈਟਿੰਗ ਵਗੈਰਾ ਠੀਕ ਹੈ ਸਾਰਾ ਕੁਝ ਹੋ ਹੀ ਜਾਂਦਾ ਕੁਝ ਹੋ ਗਿਆ ਦਾ ਕੰਮ ਲੈ ਮਿੱਤਰ ਕੁਝ ਕੰਮ ਹੋ ਗਿਆ ਕੁਝ ਚੱਲ ਰਿਹਾ ਆ ਬਾਈ ਵਧੀਆ ਵੀਰੇ ਉਹ ਕਰਾਇਆ ਥੋੜਾ ਬਿਲਕੁਲ ਜੀ ਬਿਲਕੁਲ ਠੀਕ ਹੈ ਲੈ ਮਿੱਤਰ ਕਿਉਂਕਿ ਮੈਂ ਨਹੀਂ ਕਹਿੰਦੇ ਵੀ ਜੇ ਵਿਆਹ ਦੇ ਵਿੱਚ ਵੀ ਆਲਾ ਕਹਿੰਦਾ ਵੀ ਯਾਰ ਦੋ ਗੱਡੀਆਂ ਲੈ ਕੇ ਆਏ ਨੇ ਚਾਹੇ ਇੱਥੇ ਖੜ ਜਾਓ ਜੀ ਉਹਦੀ ਵੀ ਇੱਕ ਵੱਖਰੀ ਲੁੱਕ ਪਊਗੀ ਠੀਕ ਹੈ ਲੈ ਮਿੱਤਰੋ ਫਰਾਰੀ ਲਿਖਾਇਆ ਹੋਇਆ ਬਾਈ ਨੇ ਕੈਂਟ ਗੱਡੀ ਲੱਗ ਰਹੀ ਬਾਕੀ ਕੋ ਥੋੜੀ ਮੋਡੀਫਿਕੇਸ਼ਨ ਹੋਰ ਵੀ ਹੋਣੀ ਹੈ ਹੋਰ ਹੋਣੀ ਹੈ ਬਾਈ ਹਲੇ ਚ ਕਾਫੀ ਸੁਧਾਰ ਹੋਣੇ ਨੇਗੇ ਠੀਕ ਹੈ ਲਾਈਵ ਵੀ ਲੱਗੇ ਹੋਣੇ ਨੇ ਹਾਂਜੀ ਹਾਂਜੀ ਤੇ ਰੇਟ ਕੀ ਦਾ ਰੇਟ 80000 ਰੁਪਏ ਜੀ ਦਾ 80000 ਹਾਂ ਕੋਈ ਸੌਂਕਿਆ ਬੰਦਾ ਲੈ ਜੂਗਾ ਵੈਸੇ ਤਾਂ ਕਿ ਯਾਰ ਕੀ ਕਰਾਉਣਾ ਪਰ ਜਿਹਨੇ ਲੈਣੀ ਹੋਈ ਉਹ ਕਹੂਗਾ ਵੀ 80000 ਚ ਦੇ ਦਿਓ ਬਾਈ ਆਪਾਂ ਨੂੰ ਲਓ ਮਿੱਤਰੋ 80000 ਦੀ ਡਿਮਾਂਡ ਆ ਗਈ ਠੀਕ ਹੈ ਹਾਂਜੀ ਗੱਡੀ ਘੈਂਟ ਆ ਗਈ ਐਡਰੈਸ ਲਿਖਾਓ ਸ਼ਾਪ ਦਾ ਦੁਬਾਰੇ ਐਡਰੈਸ ਵੀਰੇ ਹੈਗਾ ਆਪਣਾ ਬਰਨਾਲੇ ਦੇ ਵਿੱਚ ਧਨੌਲਾ ਰੋਡ ਪੈਂਦਾ ਹੈਗਾ ਠੀਕ ਹੈ ਬਾਈ ਇੱਧਰ ਟੀ ਪੁਆਇੰਟ ਹੈ ਇੱਧਰ ਆਈਟੀ ਚੌਂਕ ਆ ਠੀਕ ਹੈ ਇੱਥੋਂ ਫਰਵਾਹੀ ਨੂੰ ਸੜਕ ਮੁੜਦੀ ਆ ਠੀਕ ਹੈ ਬਾਈ ਫਰਵਾਹੀ ਵਾਲੀ ਚੁੰਗੀ ਦੇ ਨੇੜੇ ਵੀ ਕਹਿ ਸਕਦੇ ਆ ਠੀਕ ਹੈ ਬਾਈ ਤੇ ਜੀਕੇ ਕਾਰ ਬਾਜ਼ਾਰ ਆਪਣਾ ਠੀਕ ਹੈ ਲੈ ਮਿੱਤਰੋ ਮੋਬਾਈਲ ਨੰਬਰ ਹੈਗਾ 9982 9982 ਲੈ ਮਿੱਤਰੋ ਇੱਧਰ ਹੈਗਾ ਆਪਣਾ ਆਈਟੀ ਚੌਂਕ ਹੈ ਨਾ ਵੀਰੇ ਹਾਂਜੀ ਠੀਕ ਹੈ ਇੱਧਰ ਹੈਗਾ ਟੀ ਪੁਆਇੰਟ ਆ ਹਾਂਜੀ ਠੀਕ ਹੈ ਇਹ ਹੈਗਾ ਧਨੌਲਾ ਰੋਡ ਹੈ ਨਾ ਵੀਰੇ ਬਿਲਕੁਲ ਜੀ ਠੀਕ ਹੈ ਨੇੜੇ ਫਰਵਾਹੀ ਵਾਲੀ ਚੁੰਗੀ ਪੈਂਦੇ ਜੀਕੇ ਕਾਰ ਬਾਜ਼ਾਰ ਦੇ ਨਾਂ ਤੇ ਸ਼ਾਪ ਆ ਗਈ ਤੇ ਬਾਈ ਮੋਬਾਈਲ ਨੰਬਰ 9982 9982 ਗੱਲਬਾਤ ਕਰ ਰਹੇ ਓਕੇ ਵੀਰੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਰੇਟ ਬਾਰੇ ਕੀ ਬਹੁਤ ਘੈਂਟ ਰਹਿੰਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਬਾਕੀ ਵੀਰੇ ਤੁਸੀਂ ਵੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਗੱਲਬਾਤ ਕਰ ਲਿਓ ਬਾਈ ਨਾਲ ਓਕੇ ਬਾਈ ਸਤਿ ਸ਼੍ਰੀ ਅਕਾਲ ਜੀ